ਸੰਦੀਪ ਥਾਪਰ ਗੋਰਾ ਲੁਧਿਆਣੇ ਸ਼ਹਿਰ ਦੀ ਆਵਾਜ਼ ਚੱਕਣ ਵਾਲਾ, ਹਿੰਦੂ ਧਰਮ ਦੀ ਆਵਾਜ਼ ਚੱਕਣ ਵਾਲਾ, ਪੰਜਾਬ ਦੇ ਹਿੱਤ ਦੀ ਗੱਲ ਕਰਨ ਵਾਲਾ, ਦੇਸ਼ ਹਿੱਤ ਦੀ ਗੱਲ ਕਰਨ ਵਾਲਾ ਸੰਦੀਪ ਥਾਪਰ ਗੋਰਾ, ਜਿਹਦਾ ਸਰੇਆਮ ਲੁਧਿਆਣਾ ਸ਼ਹਿਰ ਦੇ ਵਿੱਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹਦਾ ਸਰੇਆਮ ਲੁਧਿਆਣਾ ਸ਼ਹਿਰ 'ਚ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਵਿਰੋਧ ਦੇ ਵਿੱਚ ਸਮਸਤ ਹਿੰਦੂ ਸੰਗਠਨਾਂ ਵੱਲੋਂ ਕੱਲ੍ਹ ਲੁਧਿਆਣਾ ਬੰਦ ਦੀ ਕਾਲ ਦੀ ਘੋਸ਼ਣਾ ਕੀਤੀ ਜਾਂਦੀ ਹੈ। ਬਿਲਕੁਲ ਸਾਡੇ 'ਚ ਰੋਸ ਹੈ, ਲੁਧਿਆਣਾ ਵਾਸੀਆਂ 'ਚ ਰੋਸ ਹੈ ਵੀ ਜੋ ਕੁਛ ਹੋਇਆ ਲੁਧਿਆਣੇ 'ਚ ਸਰੇਆਮ ਇੱਕ ਹਿੰਦੂ ਲੀਡਰ ਨਾਲ ਜਿਸ ਹਿਸਾਬ ਨਾਲ ਕਿਰਪਾਨਾਂ ਮਾਰ ਕੇ ਉਹਦੇ ਸਰੀਰ ਦੇ ਟੁਕੜੇ ਟੁਕੜੇ ਟੱਕ ਲਾਏ ਗਏ, ਜਿਸ ਹਿਸਾਬ ਨਾਲ ਉਹਨੂੰ ਮਾਰਨ ਦਾ ਪ੍ਰਯਾਸ ਕੀਤਾ ਗਿਆ, ਉਸ ਨੂੰ ਲੈ ਕੇ ਸਮਸਤ ਪੂਰਾ ਸ਼ਹਿਰ ਕੱਲ੍ਹ ਲੁਧਿਆਣਾ ਬੰਦ ਕਰਾਏਗਾ। ਕਿੰਨੇ ਜਥੇਬੰਦੀਆਂ ਤੁਹਾਡੇ ਨਾਲ ਚੱਲ ਰਹੀਆਂ ਨੇ? ਸਾਰੇ, ਮੈਂ ਕੀ ਕਹਿ ਰਿਹਾ, ਗੋਰੇ ਥਾਪਰ ਨੂੰ ਪਿਆਰ ਕਰਨ, ਲੁਧਿਆਣੇ ਨੂੰ ਪਿਆਰ ਕਰਨ ਵਾਲੇ, ਲੁਧਿਆਣੇ ਵਾਲੇ ਲੋਕ ਤੰਗ ਨੇ ਲੁਧਿਆਣੇ 'ਚ ਕੀ ਹੈ ਗੈਂਗਸਟਰ, ਲੁਧਿਆਣੇ 'ਚ ਕੀ ਹੈ ਗੈਂਗਸਟਰਵਾਦ ਹੈਵੀ ਹੋ ਚੁੱਕਾ, ਲੁਧਿਆਣੇ 'ਚ ਕੀ ਨਸ਼ਾ ਹੈਵੀ ਹੋ ਚੁੱਕਾ, ਸਾਡਾ ਪ੍ਰਸ਼ਾਸਨ ਹੱਥ ਉੱਤੇ ਹੱਥ ਰੱਖ ਕੇ ਬੈਠਾ, ਕੌਣ ਸੁਣੇਗਾ ਆਮ ਆਦਮੀ ਦੀ ਆਵਾਜ਼? ਅੱਜ ਤਾਂ ਹਿੰਦੂ ਲੀਡਰ ਗੋਰੇ ਥਾਪਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਈ ਐਸੇ ਕੇਸ ਹੋਣੇ ਆ ਜਿੱਥੇ ਆਮ ਲੋਕਾਂ ਦੀ ਗੱਲ ਵੀ ਸੁਣੀ ਨਹੀਂ ਜਾਂਦੀ ਹੋਣੀ, ਜਿਨ੍ਹਾਂ ਦੇ ਕਿਰਪਾਨਾਂ ਸਿੱਟਾਂ ਮਾਰੀ ਜਾਂਦੀ ਹੋਣੀਆਂ ਉਹਨਾਂ ਦੀ ਰਿਪੋਰਟ ਤੱਕ ਨਹੀਂ ਲਿਖੀ ਜਾਂਦੀ ਹੋਣੀ। ਬਿਲਕੁਲ ਲੁਧਿਆਣਾ ਵਾਸੀ ਚਾਹੁੰਦੇ ਨੇ ਵੀ ਸਾਡੇ ਸ਼ਹਿਰ 'ਚ ਜਿਹੜਾ ਗੁੰਡਾ ਰਾਜ ਚੱਲ ਰਿਹਾ ਉਹ ਖਤਮ ਹੋਣਾ ਚਾਹੀਦਾ, ਲੁਧਿਆਣਾ ਵਾਸੀ ਚਾਹੁੰਦੇ ਨੇ ਜਿਹੜਾ ਖਾਲਿਸਤਾਨ ਦੇ ਨਾਮ ਦੇ ਉੱਤੇ ਗੁੰਡਾ ਰਾਜ ਚੱਲ ਰਿਹਾ, ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਬਿਲਕੁਲ ਕੱਲ੍ਹ ਸਾਰਾ ਦਿਨ ਬੰਦ ਦੀ ਕਾਲ ਦੇ ਰਹੇ ਜੀ, ਸਵੇਰੇ ਪੂਰੇ 10 ਵਜੇ ਪੂਰੇ ਹਿੰਦੂ ਸੰਗਠਨ ਸਾਰੇ ਸਮਸਤ ਲੁਧਿਆਣੇ ਦੇ ਲੋਕ ਜਿਹੜੇ ਲੁਧਿਆਣੇ ਨੂੰ ਪਿਆਰ ਕਰਦੇ ਨੇ, ਗੋਰੇ ਥਾਪਰ ਨੂੰ ਪਿਆਰ ਕਰਦੇ ਨੇ, ਜਿਹੜੇ ਆਪਣੇ ਧਰਮ ਨੂੰ ਪਿਆਰ ਕਰਦੇ ਨੇ, ਪੂਰੇ ਰੋਸ ਮਾਰਚ 10 ਵਜੇ ਅਸੀਂ ਲੁਧਿਆਣੇ 'ਚ ਨਿਕਲਾਂਗੇ, ਲੁਧਿਆਣਾ ਬੰਦ ਕਰਾਵਾਂਗੇ। ਕਿੱਥੋਂ ਰੋਸ ਮਾਰਚ ਕੱਢਿਆ ਜਾਊਗਾ? ਬਿਲਕੁਲ ਡਿਵੀਜ਼ਨ ਨੰਬਰ 3 ਤੋਂ ਲੈ ਕੇ ਡਿਵੀਜ਼ਨ ਨੰਬਰ 3 ਤੋਂ ਇਕੱਠੇ ਹੋ ਕੇ ਨਿਕਲਾਂਗੇ ਅਸੀਂ, ਕੱਲ੍ਹ ਲੁਧਿਆਣਾ ਬੰਦ ਕਰਾਵਾਂਗੇ, ਸੋਮਵਾਰ ਨੂੰ ਸਮਸਤ ਹਿੰਦੂ ਸੰਗਠਨਾਂ ਦੀ ਕਾਲ ਕਰਕੇ ਪੰਜਾਬ ਬੰਦ ਦੀ ਕਾਲ ਦੇਵਾਂਗੇ। ਦੁਕਾਨਾਂ ਆਪਣੇ ਤੌਰ ਤੇ ਤੁਸੀਂ ਬੰਦ ਕਰਵਾਓਗੇ ਜਾਂ? ਬਿਲਕੁਲ ਅਪੀਲ ਕਰਾਂਗੇ, ਸ਼ਹਿਰ ਵਾਸੀ ਪਿਆਰ ਕਰਦੇ ਨੇ, ਮੈਂ ਕੀ ਕਹਿ ਰਿਹਾ, ਹਰ ਸ਼ਹਿਰ ਵਾਸੀ ਚਾਹੁੰਦਾ ਵੀ ਮੇਰਾ ਲੁਧਿਆਣਾ ਸੁਖੀ ਰਵੇ, ਮੇਰਾ ਲੁਧਿਆਣਾ ਗੁੰਡਾ ਰਹਿਤ ਰਵੇ, ਮੇਰਾ ਲੁਧਿਆਣਾ ਨਸ਼ਾ ਮੁਕਤ ਰਵੇ, ਕੋਈ ਨਹੀਂ ਚਾਹੁੰਦਾ ਵੀ ਸ਼ਹਿਰ 'ਚ ਜਗ੍ਹਾ ਜਗ੍ਹਾ ਲੋਕ ਗੁੰਡਾਗਰਦੀ ਕਰਨ, ਕੋਈ ਨਹੀਂ ਚਾਹੁੰਦਾ ਸ਼ਹਿਰ ਦੀ ਗਲੀਆਂ 'ਚ ਨਸ਼ਾ ਵਿਕੇ, ਕੋਈ ਨਹੀਂ ਚਾਹੁੰਦਾ ਵੀ ਸਾਡੇ ਹਿੰਦੂ ਲੀਡਰ 'ਤੇ ਹਮਲਾ ਹੋਵੇ, ਕੋਈ ਨਹੀਂ ਚਾਹੁੰਦਾ, ਹਰ ਬੰਦਾ ਚਾਹੁੰਦਾ ਵੀ ਮੈਂ ਸੁਖੀ ਰਵਾਂ, ਮੇਰਾ ਪਰਿਵਾਰ ਸੁਖੀ ਰਵੇ, ਮੇਰਾ ਪੜੋਸੀ ਸੁਖੀ ਰਵੇ, ਮੇਰਾ ਗਲੀ ਸੁਖੀ ਰਵੇ, ਮੇਰਾ ਸ਼ਹਿਰ ਵਾਸੀ ਸੁਖੀ ਰਵੇ। ਗੁੰਡਾਗਰਦੀ ਪ੍ਰਸ਼ਾਸਨ ਨੂੰ ਕੀ ਰੱਖਣਾ, ਪ੍ਰਸ਼ਾਸਨ ਤਾਂ ਅੱਖ 'ਤੇ ਪੱਟੀ ਬਣ ਕੇ ਬੈਠਾ, ਸੀ ਪੀ ਸਾਹਿਬ ਨੂੰ ਤਾਂ ਨਫ਼ਰਤ ਕਰਦੇ ਨੇ ਸਾਡੇ ਲੋਕਾਂ ਨਾਲ, ਸੀ ਪੀ ਸਾਹਿਬ ਤਾਂ ਜੈ ਸ਼੍ਰੀ ਰਾਮ ਕਹਿਣ ਵਾਲੇ ਨਾਲ ਨਫ਼ਰਤ ਕਰਦੇ ਨੇ, ਸੀ ਪੀ ਸਾਹਿਬ ਤਾਂ ਹਰ ਹਰ ਮਹਾਦੇਵ ਦਾ ਉਦਘੋਸ਼ ਕਰਨ ਵਾਲੇ ਨਾਲ ਨਫ਼ਰਤ ਕਰਦੇ ਨੇ, ਦੱਸੋ ਨਾ ਮੈਨੂੰ ਪਹਿਲੀ ਗੱਲ ਤਾਂ ਜਿਹਨਾਂ ਲੋਕਾਂ ਨੇ ਕਤਲੇਆਮ ਕੀਤਾ ਉਹ ਤਾਂ ਫੜੇ ਜਾਣ, ਉਹ ਸਾਡੀ ਮੇਨ ਮੰਗ ਹੈ। ਦੂਜੀ ਗੱਲ ਸਾਡੀ ਸੁਰੱਖਿਆ ਦੇ ਨਾਲ, ਲੋਕਾਂ ਦੀ ਸੁਰੱਖਿਆ ਦੇ ਨਾਲ, ਆਮ ਬੰਦੇ ਦੀ ਸੁਰੱਖਿਆ ਨਾਲ ਖਿਲਵਾੜ ਕਿਉਂ ਹੋ ਰਿਹਾ, ਕਿਉਂ ਗੁੰਡਾ ਰਾਜ ਬਣਿਆ ਹੋਇਆ ਲੁਧਿਆਣੇ ਸ਼ਹਿਰ 'ਚ, ਕਿਉਂ ਗੁੰਡਾਗਰਦੀ ਸਰੇਆਮ ਹੋ ਰਹੀ ਹੈ, ਕਿਉਂ ਬਦਮਾਸ਼ ਦਿਨ ਦਿਹਾੜੇ ਹਥਿਆਰ ਲੈ ਕੇ ਫਿਰਦੇ ਨੇ, ਕਿਉਂ ਨਿਹੰਗ ਬੇਸ 'ਚ ਨਿਹੰਗ ਬਾਣਾ ਪਾ ਕੇ ਲੋਕਾਂ ਦਾ ਕਤਲ ਕਰਨ ਨੂੰ ਫਿਰਦੇ ਨੇ, ਕਿਉਂ ਨਹੀਂ ਰੋਕਿਆ ਜਾਂਦਾ, ਕਿਉਂ ਏਸੀ ਕਮਰੇ 'ਚ ਬੈਠ ਕੇ ਸਿਰਫ ਵਾਹ ਵਾਹ ਲੁੱਟੀ ਜਾ ਰਹੀ ਹੈ? ਦੱਸੋ ਨਾ, ਆਮ ਬੰਦੇ ਦੀ ਸੁਰੱਖਿਆ ਕੌਣ ਕਰੂਗਾ? ਆਮ ਬੰਦੇ ਦੀਆਂ ਕੰਪਲੇਟਾਂ ਤੱਕ ਨਹੀਂ ਲਿਖੀਆਂ ਜਾਂਦੀਆਂ। ਸਰ, ਹਿੰਦੂ ਸਿੱਖ ਦੀ ਜਿਹੜੀ ਹੈ ਭਾਈਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਤਾਂ ਸਵਾਲ ਤੁਹਾਨੂੰ ਸੀ ਪੀ ਸਾਹਿਬ ਕੋ ਕਰਨਾ ਚਾਹੀਦਾ।
ਵੀ ਜਿਹੜਾ ਕਤਲੇਆਮ ਹੋਇਆ ਨਿੰਘ ਬੇਸ 'ਚ ਹੋਇਆ ਨਾ, ਇੱਕ ਬੰਦਾ ਜਾ ਰਿਹਾ ਕਿਹੜਾ ਅਖੰਡ ਪਾਠ ਦੇ ਭੋਗ ਤੋਂ ਉੱਠ ਕੇ ਆ ਰਿਹਾ, ਉਹ ਬਾਹਰ ਨਿਕਲਦਾ ਉਹਨੂੰ ਘੇਰ ਕੇ ਸਰੇਆਮ ਕਿਰਪਾਨਾਂ ਮਾਰੀਆਂ, ਇੱਕ ਦੂਜਾ ਨੇ ਕੀ ਕਹਿ ਰਿਹਾ ਤਾਂ ਗੱਟਾ ਵੱਢ ਦਿਓ। ਥਾਪਰ ਸਾਹਿਬ ਕੀ ਕਹਿ ਰਹੇ ਨੇ ਵੀ ਪਹਿਲਾਂ ਮੇਰੇ ਹੱਥ ਤਾਂ ਵੱਢ ਦਿਓ। ਹੋ ਸਕਦਾ ਕੱਲ੍ਹ ਥਾਪਰ ਸਾਹਿਬ ਵੀ ਸਾਡੇ ਨਾਲ ਲੁਧਿਆਣਾ ਸ਼ਹਿਰ ਬੰਦ ਕਰਾਉਣ ਜਾਣ, ਅਸੀਂ ਕੀ ਪਤਾ ਆਪਣੇ ਕੰਧਿਆਂ 'ਤੇ ਬਿਠਾ ਕੇ, ਕੀ ਪਤਾ ਸੰਦੀਪ ਥਾਪਰ ਗੁਰਾਂ ਜਿਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਅਸੀਂ ਉਹਨਾਂ ਨੂੰ ਕੰਧਿਆਂ 'ਤੇ ਬਿਠਾ ਕੇ ਪੂਰੇ ਸ਼ਹਿਰ ਦਾ ਨਗਰ ਭ੍ਰਮਣ ਕਰਾਂਗੇ, ਲੋਕਾਂ ਨੂੰ ਅਪੀਲ ਕਰਾਂਗੇ। ਆ ਦੇਖੋ, ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਦਾ ਇਹ ਹਾਲ ਨਾ ਹੋਵੇ, ਅਗਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਦੀ ਬਾਂਹ ਨਾ ਤੋੜੀ ਜਾਵੇ, ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਨੂੰ ਗੋਲੀ ਨਾ ਕੋਈ ਮਾਰ ਸਕੇ, ਤਾਂ ਆਓ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰੀਏ, ਲੁਧਿਆਣਾ ਨੂੰ, ਸ਼ਹਿਰ ਨੂੰ ਗੁੰਡਾਗਰਦੀ ਤੋਂ ਮੁਕਤ ਕਰਾਈਏ।